ਪਰ ਅੱਜ ਤੱਕ ਮੈਂ ਦਾਨੀ ਤਾਂ ਵੇਖੇ, ਤਾਕਤ ਵੰਡਣ ਵਾਲੇ, ਗਿਆਨ ਵੰਡਣ ਵਾਲੇ, ਧਨ ਵੰਡਣ ਵਾਲੇ, ਪਰ ਸਤਿਗੁਰੂ ਤੇਰੇ ਜੈਸਾ ਦਾਨੀ ਨਹੀਂ ਵੇਖਿਆ। ਵੀ 9 ਵਰ੍ਹਿਆਂ ਦੀ ਉਮਰ 'ਚ ਇਹ ਆਖਦਾ ਹੈ, ਜੇ ਮੇਰੇ ਪਿਤਾ ਦੇ ਸਿਰ ਦਾ ਦਾਨ ਕੀਤਿਆਂ ਹਿੰਦੁਸਤਾਨ ਦੇ ਪਿਓ ਬਚਦੇ ਨੇ, ਬੱਚੇ ਯਤੀਮ ਹੋਣ ਤੋਂ ਬਚਦੇ ਨੇ, ਮੈਨੂੰ ਯਤੀਮ ਹੋਣਾ ਵੀ ਪਰਵਾਹ ਹੈ। ਪਿਤਾ ਦਾ ਦਾਨ ਕਰਨ ਵਾਲੇ ਤੁਸੀਂ 9 ਵਰ੍ਹਿਆਂ ਦੀ ਉਮਰ ਵਿੱਚ ਇੰਨੇ ਮਹਾਨ ਦਾਨੀ। ਉਦੋਂ ਬਾਅਦ ਕਦੇ ਚਮਕੌਰ ਦੀ ਗੜੀ ਅੰਦਰ, ਕਦੇ ਸਰਹੰਦ ਦੀਆਂ ਦੀਵਾਰਾਂ ਵਿੱਚ, ਸਤਿਗੁਰੂ ਤੁਸੀਂ ਪੁੱਤਰਾਂ ਦੇ ਦਾਨੀ ਹੋ, ਤੁਹਾਡੇ ਜੈਸਾ ਮੈਂ ਦਾਨੀ ਵੇਖਿਆ ਕੋਈ ਨਹੀਂ। ਮਹਾਨ ਦਾਨੀਆਂ ਚੋਂ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਬੜੇ ਦਾਨੀ ਆਏ, ਬੜੇ ਗਏ, ਪਰ ਤੇਰੇ ਜੈਸਾ ਦਾਨ ਕਿਸੇ ਨੇ ਕੀਤਾ ਨਹੀਂ, ਨਾ ਕੋ ਕਰ ਸਕੇਗਾ। ਦੂਸਰਾ ਪੱਖ ਆਪ ਜੀ ਦੇ ਸਨਮੁਖ ਰੱਖਿਆ, ਮੈਂ ਇੱਕ ਯੋਧੇ ਦਾ ਪੁੱਤਰ ਹਾਂ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜੇ ਮੈਂ ਯੋਧਿਆਂ ਦੀ ਗੱਲ ਕਰਦਾ ਹੈ, ਤੇਰੇ ਜੈਸਾ ਤੇ ਯੋਧਾ ਵੀ ਕੋਈ ਨਹੀਂ। ਯੋਧੇ ਦਾ ਕੰਮ ਕੀ ਹੈ? ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਦੀਨਾਂ ਦੀ ਖਾਤਰ, ਮਜ਼ਲੂਮ ਦੀ ਖਾਤਰ ਅਗਵਾਈ ਕਰਨੀ, ਆਵਾਜ਼ ਦੇਣੀ, ਔਰ ਜੰਗ ਦੇ ਮੈਦਾਨ ਤੋਂ ਕਦੇ ਘਬਰਾਉਣਾ ਨਹੀਂ, ਵਾਰ ਕਰਨੇ, ਵਾਰ ਝੱਲਣੇ, ਇੱਥੋਂ ਤੱਕ ਪੁਰਜਾ ਪੁਰਜਾ ਕੱਟ ਮਰੇ ਕਬ ਹੂਨਾ ਛੱਡੈ, ਉਹ ਭੁੱਲ ਕੇ ਵੀ ਕਦੇ ਉਸ ਮੈਦਾਨ ਨੂੰ ਛੱਡੇ ਨਾ। ਦਾਗੇ ਹੋਏ ਸੋ ਰਣ ਮੈਂ ਜੂਝੇ, ਇਸ ਤਰ੍ਹਾਂ ਦਾ ਮਹਾਨ ਸੂਰਮਾ ਜੇ ਮੈਂ ਯੋਧਿਆਂ ਚੋਂ ਯੋਧਾ ਦੇਖਿਆ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਨੂੰ ਦੇਖਿਆ ਹੈ, ਜਦੋਂ 9 ਵਰ੍ਹਿਆਂ ਦੇ ਸਨ ਤੁਸੀਂ ਇੰਨੇ ਮਹਾਨ ਯੋਧੇ ਨਿਕਲੇ, ਤੁਸੀਂ ਵਾਰ ਝੱਲਿਆ ਪਿਤਾ ਦਾ ਬਲੀਦਾਨ ਦੇ ਕੇ। ਉਦੋਂ ਬਾਅਦ ਇੱਕ ਪਾਸੇ ਮੁਸੀਬਤਾਂ ਨੇ, ਪਿਤਾ ਦਾ ਸਿਰ ਤੇ ਸਾਇਆ ਨਹੀਂ, ਮਰੀ ਜ਼ਮੀਰ ਦੇ ਲੋਕ ਨੇ, ਗਰੀਬ ਸਿੱਖ ਨੇ, ਸਾਧਨ ਕੋਈ ਨਹੀਂ, ਫੌਜਾਂ ਕੋਈ ਨਹੀਂ, ਔਰੰਗਜ਼ੇਬ ਵਰਗਾ ਜ਼ਾਲਮ ਬਾਦਸ਼ਾਹ ਹੋਵੇ ਤੇ ਸਤਿਗੁਰ ਤੁਹਾਡੇ ਕਦਮ ਰੁਕਣ ਨਾ, ਇਹ ਤੁਹਾਡੇ ਯੋਧੇ ਪਨ ਦਾ ਇਹ ਬੜਾ ਵੱਡਾ ਸਾਹਮਣੇ ਇੱਕ ਹਿੱਸਾ ਹੈ ਜਿਹਨੂੰ ਕਦੇ ਅੱਖੋਂ ਪਰੋਖੇ ਨਹੀਂ ਕੀਤੇ ਜਾ ਸਕਦਾ। ਸਤਿਗੁਰੂ ਤੇਰੇ ਜੈਸਾ ਯੋਧਾ ਕੋਈ ਨਹੀਂ ਜਿਹਦੇ ਇੰਨੀਆਂ ਮੁਸੀਬਤਾਂ ਵੀ ਕਦਮ ਰੋਕ ਨਹੀਂ ਸਕੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਖਾਲਸੇ ਦੀ ਸਾਜਨਾ ਕਰਦੇ ਹੋ ਤੁਸੀਂ, ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਵੇਲੇ ਪਤਾ ਹੈ ਵੈਰੀ ਨੇ 10 ਲੱਖ ਫੌਜਾਂ ਲੈ ਕੇ ਸਾਡੇ ਤੇ ਚੜ੍ਹਾਈ ਕਰ ਦੇਣੀ ਹੈ। ਕਿਲ੍ਹੇ ਦੇ ਅੰਦਰ ਤੇ ਸਾਡੀ ਰੱਖਿਆ ਹੈ, ਕੁਝ ਨਾ ਕੁਝ ਸਾਡੀ ਸੇਫਟੀ ਹੈ, ਕਿਲ੍ਹੇ ਤੋਂ ਬਾਹਰ ਤਾਂ ਕੋਈ ਸੇਫਟੀ ਨਹੀਂ। ਇਹ ਕਹਿ ਲਈਏ ਜਿੱਤ ਦੀ ਆਸ ਹੋਵੇ, ਕਾਇਰ ਵੀ ਮੈਦਾਨ ਚ ਆਉਂਦਾ ਹੈ, ਹਾਰ ਦੀ ਆਸ ਹੋਵੇ ਮਰਨਾ ਪੈਣਾ ਹੈ, ਸ਼ਹੀਦ ਹੋਣਾ ਪੈਣਾ ਹੈ, ਤੇ ਫਿਰ ਉਹ ਮੈਦਾਨ ਚ ਆਵੇ, ਇਹ ਯੋਧਿਆਂ ਦੇ ਹਿੱਸੇ ਆਉਂਦਾ ਹੈ, ਹੋਰ ਕਿਸੇ ਦੇ ਨਹੀਂ। ਪਤਾ ਸੀ 10 ਲੱਖ ਨਾਲ ਕਿੰਨਾ ਕੁ ਚਿਰ ਲੜਾਂਗੇ ਅਸੀਂ, ਸ਼ਹੀਦੀ ਤੇ ਪਾਉਣੀ ਪੈਣੀ, ਪਰ ਅੱਧ ਹੋ ਗਈ। ਤੁਹਾਡੇ ਕਦਮ ਉੱਥੇ ਵੀ ਰੁਕੇ ਨੀ, ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਤੁਸੀਂ ਬਾਹਰ ਆ ਗਏ। ਅਸਮਾਨੀ ਛੱਤ ਦੇ ਹੇਠ ਖਰਾਬ ਹੈ ਮੌਸਮ, ਸਰ ਚੜੀ ਹੋਈ ਹੈ ਸਰਸਾ, ਉੱਥੇ ਵੀ ਤੁਹਾਡੇ ਕਦਮ ਰੁਕੇ ਨਹੀਂ, 10 ਲੱਖ ਵੈਰੀ ਦੇ ਨਾਲ ਤੁਸੀਂ ਟੱਕਰ ਲੈਂਦੇ ਹੋ, ਮਹਾਨ ਯੋਧੇ ਹੋ ਤੁਸੀਂ, ਚਮਕੌਰ ਦੀ ਗੜੀ ਵਿੱਚ ਘਿਰ ਗਏ ਹੋ, 10 ਲੱਖ ਲਲਕਾਰੇ ਮਾਰਦਾ ਪਿਆ ਹੈ। ਪਰ ਸਤਿਗੁਰੂ ਹੈਰਾਨੀ ਦੀ ਗੱਲ, ਸਭ ਤੋਂ ਪਹਿਲਾਂ ਤੁਹਾਡਾ ਸਾਹਿਬਜ਼ਾਦਾ ਅਜੀਤ ਸਿੰਘ ਜੰਗ ਕਰਕੇ ਸ਼ਹੀਦ ਹੁੰਦਾ ਹੈ, ਪਿਓ ਦੇ ਸਾਹਮਣੇ ਪੁੱਤਰ ਨੂੰ ਖੰਜਰ ਵੱਜਦੇ ਨੇ, ਤੀਰ ਵੱਜਦੇ ਨੇ, ਬਰਸ਼ੀਆਂ ਵੱਜਦੀਆਂ ਨੇ, ਤਲਵਾਰਾਂ ਚੱਲਦੀਆਂ ਨੇ, ਕੀਮਾ ਕੀਮਾ ਸਰੀਰ ਕਰ ਦਿੱਤਾ ਜਾਂਦਾ ਹੈ, ਤੇ ਪਿਓ ਜੈਕਾਰੇ ਛੱਡਦਾ ਪਿਆ ਹੈ ਪੁੱਤ ਦੀ ਸ਼ਹੀਦੀ ਤੇ, ਤੇਰੇ ਜੈਸਾ ਯੋਧਾ ਕੋਈ ਨਹੀਂ। ਕਿਉਂਕਿ ਆਰੀਆ ਸਮਾਜੀ ਕਹਿੰਦਾ ਹੈ, ਲਾਲਾ ਦੌਲਤ ਰਾਏ ਕਹਿੰਦਾ, ਮੈਂ ਰਾਮਚੰਦਰ ਨੂੰ ਜਾਣਨ ਵਾਲਾ ਹੈ, ਵੇਖਿਆ ਮੈਂ ਰਾਮਚੰਦਰ, ਲੜਾਈ ਲੜਨੀ ਸੌਖੀ ਸੀ ਕਿਉਂਕਿ ਰਾਜਾ ਸੀ,
ਹਥਿਆਰ ਸਨ, ਸਾਧਨ ਨੇ, ਪ੍ਰਜਾ ਵੀ ਆਪਣੀ ਹੈ, ਫੌਜਾਂ ਵੀ ਕੋਲੇ ਨੇ। ਵੱਡੀ ਗੱਲ, ਰਾਵਣ ਦਾ ਭਰਾ ਬੇਈਮਾਨ ਹੋ ਗਿਆ, ਖੁਦ ਆ ਕੇ ਰਾਮ ਦੀ ਸੈਨਾ ਚ ਰਲ ਗਿਆ। ਸੌਖਾ ਹੈ ਮਾਰਨਾ ਰਾਵਣ। ਔਰ ਦੂਜੀ ਗੱਲ, ਜਦੋਂ ਲਛਮਣ ਮੂਰਛਾ ਹੁੰਦਾ ਹੈ ਤੇ ਰਾਮ ਚੰਦਰ ਦੁਹੱਥੜਾ ਮਾਰ ਕੇ ਰੋਂਦਾ ਹੈ, ਮੇਰਾ ਭਰਾ ਮੂਰਛਾ ਹੋ ਗਿਆ। ਦੂਸਰੇ ਪਾਸੇ ਕ੍ਰਿਸ਼ਨ ਤੇ ਕਾਰਵਾਂ ਪਾਂਡਵਾਂ ਦੀ ਜੰਗ ਹੈ, ਇਹ ਵੀ ਲੜਨੀ ਸੌਖੀ ਹੈ। ਯੋਧਾ ਹੈ ਅਰਜੁਨ, ਜਿਹਦੇ ਤੀਰ ਚੱਲਦੇ ਨੇ, ਪਰ ਮੈਂ ਅਰਜੁਨ ਨੂੰ ਕਹਿਰ ਵੇਖਦਾ ਹੈ। ਕਿਉਂ? ਕਹਿੰਦੇ ਜਿਸ ਵਕਤ ਅਰਜੁਨ ਦਾ ਆਪਣਾ ਪੁੱਤਰ ਮਰਿਆ, ਉਹਦੇ ਹੱਥੋਂ ਤੀਰ ਕਮਾਨ ਛੁੱਟ ਗਿਆ ਸੀ। ਉਹ ਵਾਰ ਕਰਨੇ ਤੇ ਜਾਣਦਾ ਸੀ, ਚੱਲਣੇ ਨਹੀਂ ਸੀ ਜਾਣਦਾ। ਦੂਜੇ ਪਾਸੇ ਰਾਮ ਚੰਦਰ ਦਾ ਭਰਾ ਮੂਰਛਾ ਹੁੰਦਾ ਹੈ, ਉਹ ਰੋਂਦਾ ਹੈ ਲਛਮਣ ਦੇ ਮੂਰਛਾ ਹੋਣ ਤੇ। ਪਰ ਮੈਂ ਹੈਰਾਨ ਹੁੰਦਾ ਹੈ, ਤੇਰਾ ਅਜੀਤ ਸ਼ਹੀਦ ਹੋਇਆ ਤੇ ਜੁਝਾਰ ਸਿੰਘ ਛਾਲ ਮਾਰ ਕੇ ਅੱਗੇ ਆਉਂਦਾ, ਪਿਤਾ ਜੀ ਹੁਣ ਦੇਰੀ ਨਾ ਲਾਓ, ਭਰਾ ਦੇ ਮਗਰ ਮੈਨੂੰ ਵੀ ਜਾਣ ਦਿਓ, ਮੈਨੂੰ ਵੀ ਮਰਨਾ ਆਉਂਦਾ ਜੰਗ ਦੇ ਮੈਦਾਨ ਦੇ ਵਿੱਚ। ਮੈਂ ਵੀ ਵੈਰੀ ਨੂੰ ਦੱਸਣਾ ਚਾਹੁੰਦਾ ਹੈ ਸਾਡੀਆਂ ਬਾਹਾਂ ਦੇ ਵਿੱਚ ਕਿੰਨੀ ਤਾਕਤ ਹੈ, ਤੇਰੀ 10 ਲੱਖ ਫੌਜ ਵੀ ਸਾਡੀ ਤਾਕਤ ਦਾ ਰੰਗ ਫਿੱਕਾ ਨਹੀਂ ਕਰ ਸਕੇਗੀ, ਅਸੀਂ ਕਿੰਨੇ ਮਹਾਨ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਔਰ ਤੁਹਾਡੇ ਪੁੱਤ ਸਾਹਮਣੇ ਸ਼ਹੀਦ ਹੁੰਦੇ ਪਏ ਨੇ, 10 ਲੱਖ ਵੈਰੀ ਉਹਨੂੰ ਨੋਚਦਾ ਪਿਆ ਜੰਗ ਦੇ ਮੈਦਾਨ ਵਿੱਚ, ਹੱਦ ਹੋ ਗਈ। ਤੁਸੀਂ ਇੰਨੇ ਮਹਾਨ ਜੈਕਾਰੇ ਛੱਡਦੇ ਪਏ ਹੋ, ਇਤਨੇ ਮਹਾਨ ਹੋ ਤੁਸੀਂ। ਕਦੇ ਰਾਮ ਚੰਦਰ ਨੂੰ ਬਨਵਾਸ ਮਿਲਿਆ ਤੇ ਰਾਮ ਚੰਦਰ ਦਾ ਪਿਤਾ ਆਤਮ ਹੱਤਿਆ ਕਰ ਲੈਂਦਾ ਹੈ, ਮੈਂ ਪੁੱਤ ਦੇ ਵਿਯੋਗ ਵਿੱਚ ਨਹੀਂ ਜਿਉ ਸਕਦਾ। ਪਰ ਤੁਹਾਡਾ ਮਹਾਨ ਹੈ ਸਤਿਗੁਰੂ, ਤੁਸੀਂ ਪੁੱਤ ਦੀ ਸ਼ਹੀਦੀ ਤੇ ਜਕਾਰੇ ਛੱਡਦੇ ਹੋ, 10 ਲੱਖ ਵੈਰੀ ਨਾਲ ਟੱਕਰ ਲੈਂਦੇ ਹੋ, ਕਿਤੇ ਤੁਸੀਂ ਘਬਰਾਏ ਨਹੀਂ। ਲਾਲੀ ਹੈ ਤੁਹਾਡੇ ਚਿਹਰੇ ਤੇ, ਜਾਹੋ ਜਲਾਲ ਹੈ, ਇੱਕ ਰੰਚਕ ਮਾਤਰ ਵੀ ਤੁਹਾਡੇ ਚਿਹਰੇ ਤੇ ਫਰਕ ਨਹੀਂ ਪਿਆ। ਚਾਹ ਹੈ ਅਤਿ ਹਿਰਣ ਮੈਂ ਤਬ ਜੂਝ ਮਰੋ, ਔਰ ਇੰਨਾ ਚਾਹ ਹੈ ਤੁਹਾਡੇ ਅੰਦਰ ਸਤਿਗੁਰੂ, ਜਿਵੇਂ ਇੱਕ ਹੱਟੀ ਵਾਲਾ ਦੁਕਾਨ ਵਾਲਾ ਆਪਣੀ ਦੁਕਾਨ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਅਮਲੀ ਅਮਲ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਇਤਨੇ ਮਹਾਨ ਦਾਨੀ ਹੋ ਤੁਸੀਂ ਸਤਿਗੁਰੂ। ਮੇਘ ਦੇ ਸਮੇਂ ਮੋਰ ਖੁਸ਼ ਹੁੰਦਾ ਹੈ, ਮਾਂ ਪੁੱਤਰ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਸ਼ੇਰ ਸ਼ਿਕਾਰ ਨੂੰ ਵੇਖ ਕੇ ਚਾਹ ਵਿੱਚ ਆਉਂਦਾ ਹੈ, ਤੁਸੀਂ ਤਾਂ ਜੰਗ ਦੇ ਮੈਦਾਨ ਨੂੰ ਵੇਖ ਕੇ ਇੱਥੇ ਇੰਨੇ ਮਹਾਨ ਹੋ ਜਾਂਦੇ ਹੋ। ਤੁਹਾਡੇ ਜੈਸਾ ਸੂਰਮਾ ਕੋਈ ਨਹੀਂ, ਯੋਧਾ ਕੋਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੀਰ ਚੱਲਦੇ ਨੇ ਤੁਹਾਡੇ, ਪਰ ਗੁੱਸੇ ਵਿੱਚ ਨਹੀਂ, ਵਿਰੋਧ ਵਿੱਚ ਨਹੀਂ। ਕਦੇ ਹਰੀ ਚੰਦ ਵਰਗੇ ਵਾਰ ਕਰਦੇ ਨੇ, ਸਤਿਗੁਰੂ ਕਹਿੰਦੇ ਹਰੀ ਚੰਦ ਤੇਰੇ ਮਨ 'ਚ ਤੌਖਲਾ ਨਾ ਰਹਿ ਜਾਏ, ਵਾਰ ਦੂਸਰਾ ਵੀ ਕਰ, ਵਾਰ ਤੀਸਰਾ ਵੀ ਕਰ, ਤੇ ਚੌਥੀ ਵਾਰੀ ਫਿਰ ਮਾਲਕ ਕਹਿੰਦੇ ਨੇ ਵਾਰ ਇੰਜ ਨਹੀਂ, ਇੰਜ ਕਰੀਦਾ ਏ। ਪਰ ਮੇਰੇ ਸਾਹਮਣੇ ਦੁਸ਼ਮਣ ਨਹੀਂ, ਕਿਸੇ ਦਾ ਹੰਕਾਰ ਖੜਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਕਿਤੇ ਵੀ ਮਾੜੀ ਸ਼ਬਦਾਵਲੀ ਨਹੀਂ ਵਰਤੀ, ਜੰਗ ਦੇ ਮੈਦਾਨ ਵਿੱਚ ਮਿੱਤਰਾਂ ਵਾਂਗੂ ਜੰਗ ਲੜਦੇ ਪਏ ਨੇ, ਕਿਉਂਕਿ ਸਾਹਮਣੇ ਆਉਣ ਵਾਲੇ ਨੂੰ ਦੁਸ਼ਮਣ ਨਹੀਂ ਸਮਝਦੇ। ਇਹ ਆਖਦੇ ਨੇ ਜੰਗ ਇਨਸਾਫ ਤੇ ਬੇਇਨਸਾਫੀ ਦੀ ਹੈ, ਜ਼ੁਲਮ ਦੀ ਹੈ, ਇਨਸਾਫ ਦੀ ਹੈ, ਜੰਗ ਤੇਰੀ ਮੇਰੀ ਨਹੀਂ ਹੈ, ਜੰਗ ਝੂਠ ਤੇ ਸੱਚ ਦੀ ਹੈ, ਜੰਗ ਪਾਪ ਤੇ ਪੁੰਨ ਦੀ ਹੈ। ਇਸ ਲਈ ਤੂੰ ਮੇਰਾ ਦੁਸ਼ਮਣ ਨਹੀਂ, ਨਾ ਮੈਂ ਤੇਰਾ ਦੁਸ਼ਮਣ ਹਾਂ। ਕਦੇ ਸੈਦ ਖਾਂ ਵਰਗੇ ਚੜ੍ਹ ਕੇ ਆਉਂਦੇ ਨੇ, ਸਤਿਗੁਰ ਪਿੱਛੋਂ ਆਵਾਜ਼ ਦੇ ਕੇ ਆਖਦੇ ਨੇ ਸੈਦ ਖਾਂ ਵਾਰ ਕਰ, ਕੈਸੇ ਜੋਧੇ ਹੋ ਤੁਸੀਂ, ਮਹਾਨ ਸੂਰ ਬੀਰਾਂ ਚੋਂ ਸੂਰ ਬੀਰੋ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ ਹੈ ਨਾ, ਸਤਿਗੁਰੂ ਕਹਿੰਦੇ ਆ ਸਿੱਖਾ ਮੈਂ ਤੇਰਾ ਸਦੀਵੀ ਹੱਲ ਕਰ ਦਿਆਂ, ਭਾਵ ਅੰਮ੍ਰਿਤ ਦੇ ਵਿੱਚ ਇੰਨੀਆਂ ਰਹਿਮਤਾਂ ਪਾ ਦਿੱਤੀਆਂ ਨੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ, ਮੈਂ ਵੱਸਦਾ ਹੀ ਉੱਥੇ ਹੈ। ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ,